मम्मी की सोचा फिर तुम्हें? वो तो सोचा तो बड़ा कुछ ही, मैं हूँ की सोचना, मैं तो बड़ा कुछ सोचा नहीं। चलो कोई गल नहीं, जे तुहाडा मन करदा वा ना तो तुम चल जाओ, फिर ना तुम आखियो कि तुम रोकिया ही मैनू। वो तो मन तो करता पर किदां चल जा, मैंने जानवरे को काम किते है ना, कोई काम इन्हें नहीं किते। ਗੱਲਾਂ ਹੁੰਦੀਆਂ ਰਹਿੰਦੀਆਂ ਨਿੱਕੀਆਂ ਮੋਟੀਆਂ, ਤੇ ਜੇ ਆਪਾਂ ਨਾ ਹੁਣ ਜੇ ਪਿੱਛੇ ਹਟ ਗਏ ਨਾ, ਫਿਰ ਪਿੱਛੇ ਹੀ ਹਟ ਜਾਣਾ। ਹੁਣ ਤਾਂ ਗੰਭੀਰ ਨੂੰ ਆਖਿਆ, ਉਹ ਕਹਿੰਦਾ ਮੰਮੀ ਤੂੰ ਜਾਣਾ ਚੱਲ, ਮੈਂ ਨਹੀਂ ਕਹਿੰਦਾ ਬਿਲਕੁਲ ਜਾਣਾ, ਤੇ ਮੈਂ ਤੁਹਾਨੂੰ ਛੱਡ ਕੇ ਪੁੱਤ ਜਾਵਾਂ ਤਾਂ ਚੰਗੀ ਗੱਲ ਆ, ਮੈਂ ਸ਼ਲਿਆਣ ਥੋੜ੍ਹੀ ਨਹੀਂ ਬਣਾਇਆ ਤੇਰੇ ਤੋਂ। ਜਿਸ ਤਰ੍ਹਾਂ ਹੁਣ ਖੁਸ਼ੀ ਦੀ ਗੱਲ ਸੀ, ਚੱਕ ਜਾਣਾ ਸੀ ਤੇ ਰਾਹ ਭੋਲੇ ਕਰ ਦੇਣੀ ਚੱਜ। ਉਹ ਤਾਂ ਗੱਲ ਆ, ਚਾਰ ਮੈਨੂੰ ਵੀ ਬੜੀ, ਮੇਰਾ ਵੀ ਜੀ ਕਰਦਾ ਜਾਣ, ਪਰ ਮੈਂ ਤਾਂ ਗੰਭੀਰ ਤੋਂ ਡਰਦੀ, ਮੈਂ ਕਰਨੀ ਨਹੀਂ ਕਰਦੀ, ਡਰ ਬੜਾ ਹੁੰਦਾ ਦੇਖੋ ਫਿਰ ਪੈਂਦਾ ਬੜਾ। ਸੱਚੇ ਅਗਲਾ ਪੈਂਦਾ ਨਾ, ਜਿਹਦੇ ਨੇ ਕੰਮ ਕੀਤੇ ਤੇ ਹਿੱਸੇ ਲੈਣ ਤੋਂ ਉੱਪੀ ਆ, ਹੈ ਨਾ, ਤੈਨੂੰ ਤਾਂ ਕੀ ਆਈ ਹੁਣ ਕਲੇਸਰ ਬਣ ਕੇ ਬੈਠੀ ਰਹੇ। ਜੇ ਹੁਣ ਮੈਂ ਜਾਣੀ ਆ ਤੁਹਾਨੂੰ ਛੱਡ ਕੇ, ਤੇ ਸੱਸ ਦੀ ਚਾਰ ਬੱਚੇ, ਉਹਨੇ ਕੀ ਆਖਣਾ, ਉਹਨੇ ਕਿਹਾ ਚੰਗਾ ਹੋਇਆ। ਆਹ ਫਿਰ ਮੰਮੀ ਸਾਡੇ ਘਰ ਚ ਬਿਮਾਰ ਪੈਣਾ, ਫਿਰ ਉਹਨਾਂ ਨੇ ਕਹਿਣਾ ਵਾ ਵੀ ਆਪਣੀ ਨੂੰਹਾਂ ਤੋਂ ਖਿਲਾਫ ਹੋ ਕੇ ਆਈ ਆ, ਤੇ ਤੁਹਾਨੂੰ ਹੋਰ ਉਹਨਾਂ ਨੇ ਮੇਥੇ ਚੜੋ ਖੱਤੀ ਹੋਰ ਕਰਨੀ, ਤੇ ਹੁਣ ਆਪਣੇ ਘਰ ਲੜਾਈ ਪਾਪੀਆਂ ਦਾ ਕੋਈ ਅੱਖ ਦਾ ਕੰਮ, ਹੁਣ ਬੈਠੀ ਰਹੇ ਮਾਂ ਨਾਲ ਡੀਕਦੇ ਰਹੇ, ਮੈਂ ਹੁਣ ਕੀ ਤਸਕਰਾਂ। ਚਲੋ ਤਾਂ ਜੇ ਭੁੱਲ ਚੁੱਕੀ ਆ ਵੀ ਜਾਵੇ ਬੰਦਾ ਇੱਥੇ ਚੀਜ਼ਾਂ ਚੱਜਾਂ ਲੈ ਦੇ, ਚਲੋ ਉਹਦੀ ਵੀ ਜਿਹੜੀ ਮਨ ਮਰਜ਼ੀ ਆ, ਵੀ ਆਪਣੇ ਵੱਲ ਕਿੱਡੀ ਖੁਸ਼ੀ ਨਾਲ ਉਹਨੇ ਤੁਹਾਨੂੰ ਦੱਸਿਆ। ਖੁਸ਼ੀ ਨੇ ਦੱਸਿਆ ਕਿ ਇਹ ਕੋਈ ਚੰਗੇ ਕੰਮ ਕਰਦੀ, ਮੈਂ ਮਿੰਟਾਂ ਦੀ ਪਹੁੰਚਣਾ, ਤੁਹਾਨੂੰ ਜਦੋਂ ਕੰਮ ਹੀ ਚੰਗੇ ਤਾਂ ਨੌ ਪੁੱਤਾਂ ਨੂੰ ਛੱਡ ਕੇ ਤੇ ਗਾਲੀ ਗਾਲੀ ਮੈਂ ਤੁਰੀ ਵੀ ਰਹੀ, ਕਿੱਦਾਂ ਤਾਂ ਲਿਖਿਆ ਕੰਮ, ਇਹ ਚੰਗਾ ਲੱਗਦਾ? ਹਾਏ ਕਿਚਨ ਦੇ ਨਾਂ ਤੇ ਝਾੜੂ ਮਾਰਿਆ, ਹਾਏ ਮੇਰਾ ਬਾਵੇ, ਭਾਂਡਿਆਂ ਦੀ ਤਾਂ ਛਿੰਕ ਭਰੀ ਆ, ਹਾਏ ਮੇਰੇ ਕਰਮਾਂ 'ਚ ਆ, ਹੁਣ ਮੈਂ ਹੀ ਮਾਂਜਣੀ ਆ, ਮੇਰੇ ਕੋਲ ਤਾਂ ਨਹੀਂ ਮਾਂਜੇ ਜਾਂਦੇ, ਆਵੇ ਦੁੱਧ ਆਵੇ ਭਾਂਡੇ, ਬੋਈ ਸਾਰੀ ਮੁਕਾਤੀ, ਸਾਰੇ ਭਾਂਡੇ ਓਦਾਂ ਪਏ ਈ, ਖਲਾਰਾ ਹੀ ਖਲਾਰਾ, ਮੇਰਾ ਤੇ ਜੀ ਨੂੰ ਕੁਛ ਹੋਣ ਡਿਆ ਪਿਆ ਵੇਖ ਕੇ ਭਾਂਡਿਆਂ ਵੱਲ, ਆਹ ਇਹੀ ਇਹਦੇ ਕੰਮ, ਚੁੰਨੀ ਵੀ ਆ ਪਈ ਓ, ਜਦ ਚੁੰਨੀਆਂ ਇੱਥੇ ਰੱਖਣੀਆਂ, ਸਜਾ ਕੇ ਰੱਖਤੀ ਸਲੈਬ ਤੇ, ਇਹਨੂੰ ਮੈਂ ਪੁੱਛਦੀ ਆ ਤੇ ਨਾਲੇ ਤਾਂ ਨਹੀਂ ਉੱਠ ਕੇ ਬੰਦਿਆਂ ਵਾਂਗੂ ਭਾਂਡੇ ਮਾਂਜ, ਮੇਰੇ ਕੋਲ ਤਾਂ ਨਹੀਂ ਮਾਂਜੇ ਜਾਂਦੇ ਭੈਣਾ, ਆਹ ਖੜਦੀ ਹੈ ਨਾ ਨਾਲ, ਵਿਖਾਉਂਦੀ ਆ ਕਿ ਚੁੰਨੀ ਕਿੱਥੇ ਰੱਖੀ ਓ, ਇਹ ਲੀੜੇ ਵੀ ਨੀ ਸਾਂਭ ਸਕਦੀ, ਆਹ ਇੱਕ ਨੀ ਆ ਦੂਜੀ ਵੀ ਆ, ਹੋਰ ਭਾਵੇਂ ਕੋ ਹੋਵੇ, ਆਹ ਵੇ ਕੁੜੀ ਦੇ ਕੰਮ, ਆਹ ਮੁੰਡੇ ਦੇ ਗਲ ਚ ਰੱਸੀ ਪਾਈ ਕਿ ਮੈਨੂੰ ਚੈਨ ਚਾਹੀਦੀ ਚਾਹੀਦੀ ਚਾਂਦੀ ਦੀ, ਮੇਰੇ ਨਾਂ ਵਾਲੀ ਆਹ ਕਿੱਥੇ ਸੁੱਟੀ ਇਹਨੇ, ਇਹਨੂੰ ਮੈਂ ਪੁੱਛਦੀ ਨਾ, ਚੈਨ ਤੇ ਮੈਂ ਲੁਕਾਉਣ ਲੱਗੀ ਆ, ਚੈਨ ਤੇ ਨੀ ਮੈਂ ਦੱਸਣੀ ਰੱਖੀ ਆ ਮੈਂ, ਤੇ ਆਹ ਚੁੰਨੀਆਂ ਤਾਂ ਤੇਰੀ ਸੁਣਾ, ਫਿਰ ਮੈਂ ਕਹੂੰਗੀ ਉਹ ਕਿੱਥੇ ਜਿਹੜੀ ਤੇਰੇ ਉਧਰ ਮੁੰਡੇ ਨੇ ਲਿਆ ਕੇ ਦਿੱਤੀ ਤੇਰੇ ਜਨਮ ਦਿਨ ਤੇ ਗਿਫਟ। ਉਦਾਂ ਮੰਮੀ ਹੌਸਲਾ ਤਾਂ ਨਹੀਂ ਪੈਂਦਾ ਮੇਰਾ, ਪਰ ਮੇਰਾ ਦਾਦਾ ਰਘਬੀਰ ਨੇ ਕੋਈ ਪੁੱਛ ਕੇ ਵੇਖਾ ਕੀ ਆਂਦਾ। ਸਲਾਮਾਂ ਹੋਣ ਡੀਆਂ, ਸਲਾਮਾਂ ਤਾਂ ਕੁਛ ਨਹੀਂ, ਪੁੱਤ ਹੋਣ ਡੀਆਂ, ਕਾਹਦੀ ਸਲਾਹ ਕਰਨੀ ਆ, ਸੁੱਖ ਦੀਆਂ ਗੱਲਾਂ ਡਏ ਕਰ। ਕਿਉਂ ਕੀ ਹੋ ਗਿਆ ਹੁਣ? ਇਹੋ ਹੀ ਕਿ ਹੁਣ ਮੰਮੀ ਨੂੰ ਫੋਨ ਚਾਇਆ, ਤੈਨੂੰ ਤੇ ਪਤਾ ਹੀ ਆ ਵੀ ਉਹਨੂੰ ਖੁਸ਼ਖਬਰੀ ਉਹਦੇ ਘਰ ਆਉਣ ਵਾਲੀ, ਤੇ ਮੈਂ ਤੇ ਮੰਮੀ ਨੂੰ ਕਹਿਣ ਡਈ ਮੈਂ ਮੰਮੀ ਤੁਸੀਂ ਜਾਓ, ਰਘਬੀਰ ਨੇ ਸਾਨੂੰ ਤੇ ਜਾਣ ਨਹੀਂ ਦੇਣਾ। ਆਹੋ ਮੰਮੀ ਤੁਸੀਂ ਜਾਓ, ਫਿਰ ਕੀ ਹੈ? ਪੁੱਤ ਮੈਂ ਕਿੱਦਾਂ ਚੱਲ ਜਾਣਾ, ਪੁੱਤ ਛੱਡ ਕੇ ਦੱਸ, ਮੈਨੂੰ ਨੀ ਭਲ ਕੇ ਪੁੱਤਾਂ ਨੇ ਪੁੱਛਣਾ। ਮੰਮੀ ਇਧਰ ਸੋਚਣੀ ਸੋਚਣੀ ਸੁੱਟ ਜੂਗੀ, ਇਹਨੇ ਪੁੱਛਣਾ ਤੇਰੀ ਹੁਣ ਨਹੀਂ ਬਣੀ, ਹੁਣ ਇਹ ਸੈਂ ਤੁਰ ਪਈ ਤੇ ਭਲ ਕੇ ਕੀ ਕਰੂਗੀ, ਤੇ ਪੁੱਤਾਂ ਨੂੰ ਵੀ ਛੱਡ ਕੇ ਪਿਛਾ ਕਰਦਾ। ਚਲੋ ਇੱਕ ਵਾਰੀ ਗਲਤੀ ਹੋ ਗਈ ਹਨਾ ਦੀਦੀ? ਨਹੀਂ ਪੁੱਤ ਮੈਂ ਨਹੀਂ ਕਰਨਾ ਬਿਲਕੁਲ ਏਦਾਂ ਦੀਦੀ, ਜੇ ਕੋਈ ਵੀ ਨਹੀਂ ਪਹਿਲੇ ਕਰੂਗਾ ਤੇ ਫਿਰ ਕਿੱਦਾਂ ਹੋਊਗੀ, ਉਹ ਤਾਂ ਛੁੱਟ ਜਾਣੀ ਆ ਫਿਰ। ਉਹ ਤਾਂ ਗੱਲ ਵਾ, ਉਹਨੇ ਆਪਣੇ ਮਨ ਚ ਗੁੱਸਾ ਰੱਖ ਕੇ ਬੈਠੀ ਹੋਣੀ ਵੀ ਮੈਂ ਨੀ ਜਾਣਾ ਉਹ ਆਉਣ, ਤੇ ਅਸੀਂ ਆਪਣੇ ਮਨ ਚ ਗੁੱਸਾ ਰੱਖ ਕੇ ਬੈਠੇ ਆ ਵੀ ਉਹ ਆਵੇ।
ਹੁਣ ਐਡੀ ਖੁਸ਼ੀ ਵਾਲੀ ਗੱਲ ਹੀ ਜਾਣਾ ਤੇ ਬਣਦਾ ਹੀ ਨਾ ਇੱਥੇ ਗੱਲ ਹੋ ਰਹੀ ਜਿਹੜਾ ਇੱਥੇ ਤਮਾਸ਼ਾ ਲਾ ਕੇ ਗਈ ਨਾ ਉਹਦੇ ਨਾਲ ਕੰਮ ਚਲਾ ਕੰਮ ਕੀਤਾ ਗਈ ਤੇ ਚਾਚੀ ਦੇ ਘਰ ਘੜੀ ਬਹਿਣ ਵਾ ਤੇ ਉੱਥੇ ਉਧਰ ਨੂੰ ਚਲ ਗਈ ਕੀ ਗੱਲ ਨਹੀਂ ਚਲਾਈ ਸੀ ਉਹਨੂੰ ਬਹੁਤ ਪਤਾ ਚੀਜ਼ ਚਾਹੀਦੀ ਹੈ ਭੇਜ ਦਿੰਦਾ ਮੈਂ ਤੈਨੂੰ ਕਰਦੇ ਹਾਂ ਰਘਵੀਰ ਆਪੇ ਗੱਲ ਪੁੱਛ ਦੇ ਕੀ ਚਾਹੀਦਾ ਨਾਲੇ ਪਤਾ ਲੱਗੇ ਇਹਨੂੰ ਸੁਖ ਕਿੰਨੀ ਕੁ ਤੈਨੂੰ ਪੁੱਤ ਨੀਂਦ ਆਈ ਆ ਮੰਮੀ ਦਵਾਈ ਖਾ ਕੇ ਤੇ ਅੱਖ ਲੱਗ ਗਈ ਮੇਰੀ ਨੀਂਦ ਆ ਗਈ ਕਿਉਂ ਕੀ ਹੋਇਆ ਜੇ ਦਵਾਈ ਖਾ ਕੇ ਸੌਂਦਾ ਨੀ ਹੁੰਦਾ ਦਵਾਈ ਖਾ ਕੇ ਤੁਰੇ ਫਿਰੀ ਦਾ ਦਵਾਈ ਦੇ ਸਵਾਹ ਤੈਨੂੰ ਅਸਰ ਕਰਨਾ ਵਾ ਸਾਰੀ ਦਿਹਾੜੀ ਤਾਂ ਮੰਜਾ ਤੋੜਦੀ ਰਹਿੰਦੀ ਆ ਤੂੰ ਲੈ ਮੰਮੀ ਲੋਕ ਕਹਿੰਦੇ ਰੈਸਟ ਕਰਨੀ ਚਾਹੀਦੀ ਦਵਾਈ ਖਾ ਕੇ ਤੁਸੀਂ ਵੱਖਰੇ ਨੇ ਜਿਹੜੇ ਕਹਿੰਦੇ ਤੁਰੇ ਫਿਰਨਾ ਭੈਣਾ ਤਾਂ ਕੇ ਤਪਾਉਂਦੀ ਤੁਰਦਿਆਂ ਫਿਰਦਿਆਂ ਮੰਜੇ ਦੇ ਤੇ ਜਿਹੜਾ ਨਹੀਂ ਬਿਮਾਰ ਹੁੰਦਾ ਉਹੀ ਬੰਦਾ ਬਿਮਾਰ ਹੋ ਜਾਂਦਾ ਵਾ ਮੰਮੀ ਮੈਂ ਵੇਖਣ ਨਹੀਂ ਤੁਹਾਡਾ ਸੁਭਾਅ ਬਦਲਿਆ ਬਦਲਿਆ ਜੇ ਲੱਗਣ ਡਿਆ ਜੇ ਮੈਂ ਹੁਣ ਰੈਸਟ ਕਰਨ ਲਈ ਲੰਮੇ ਪੈਣ ਨਹੀਂ ਜਿਹਦੇ ਪਰ ਰੈਸਟ ਇੰਨੀ ਵੀ ਨੀ ਨਾ ਚੰਗੀ ਥੋੜੀ ਬਹੁਤੀ ਰੈਸਟ ਹੁੰਦੀ ਹੈ ਤੂੰ ਤੇ ਹੱਥ ਹੀ ਕਰ ਦਿੱਤੀ ਰੈਸਟ ਦੀ ਤੁਸੀਂ ਤੂੰ ਮੈਨੂੰ ਗੁੱਸੇ ਚ ਮੇਰੇ ਨਾਲ ਗੱਲ ਕਰਨ ਡਿਆ ਤੁਹਾਡਾ ਪਹਿਲਾਂ ਤੂੰ ਉਧਰ ਚੇਚਾ ਮੁੰਡੇ ਨੂੰ ਕਹਿੰਦੀ ਹੁਣੇ ਮੈਨੂੰ ਸੂਟ ਲਿਆ ਕੇ ਦੇ ਦੇ ਆ ਏ ਚੁੰਨੀ ਤੇ ਟਿੱਡੀਆਂ ਨੇ ਖਾ ਲਈ ਸਾਰੀ ਤੇ ਆ ਦੂਜੀ ਵੀ ਤੂੰ ਉੱਥੇ ਰੱਖੀ ਆ ਉਹ ਪਹਿਲਾਂ ਰੱਖਣ ਵਾਲੇ ਕੰਮ ਆ ਆ ਏ ਹੈ ਉੱਥੇ ਕੋਈ ਤਾਰ ਬੱਦੀ ਜਾਂ ਕਿੱਲੀ ਹੈ ਜਿੱਥੇ ਤੂੰ ਟੰਗੀਆਂ ਵਾ ਪਹਿਲਾਂ ਬੰਦਿਆਂ ਵਾਲੇ ਕੰਮ ਕਰੀ ਦੇ ਹੁੰਦੇ ਆ ਮੰਮੀ ਮੈਂ ਦਵਾ ਤਾਂ ਉੱਥੇ ਦੁਪੱਟਿਆਂ ਲਾ ਕੇ ਤੇ ਪਾਣੀ ਪੀਣ ਲੱਗ ਪਈ ਬਾਅਦ ਚ ਮੈਂ ਅੰਦਰ ਦੂਜੇ ਜਾ ਕੇ ਕੱਪੜੇ ਚੇਂਜ ਕਰ ਲਏ ਦੁਪੱਟਾ ਉੱਥੇ ਪਿਆ ਰਹਿ ਗਿਆ ਆਹੋ ਤੈਨੂੰ ਕੰਮ ਜੂ ਜ਼ਿਆਦੇ ਸਾਰੀ ਦਿਹਾੜੀ ਤੂੰ ਫਾਹੇ ਲੱਗੀ ਰਹਿੰਦੀ ਕੰਮ ਚ ਤੇ ਫਿਰ ਵਿਚਾਰੀ ਦਾ ਟਾਈਮ ਨੀ ਲੱਗਦਾ ਏਦਾਂ ਦੇ ਕੰਮ ਨਹੀਂ ਕਰੀ ਦੇ ਹੁੰਦੇ ਕੀ ਹੋਇਆ ਤੁਹਾਨੂੰ ਹੁਣ ਹੁਣ ਆ ਕੀ ਮੈਨੂੰ ਤਾਂ ਗੁੱਸਾ ਚੜ ਗਿਆ ਆ ਤੂੰ ਇੰਨਾ ਮਹਿੰਗਾ ਸੂਟ ਲਿਆ ਕੇ ਤੂੰ ਉੱਥੇ ਸੁੱਟਿਆ ਇਹਨੂੰ ਜੋੜ ਬਣਾ ਕੇ ਤਾਂ ਬਾਰੀ ਚ ਰੱਖ ਦਿਓ ਮੁੜ ਕੇ ਕੱਲ ਨੂੰ ਕਿਤੇ ਦਵਾਈ ਗੋਲੀ ਲੈਣ ਜਾਣਾ ਪਿਆ ਮੈਂ ਲੀੜੇ ਪਾ ਕੇ ਜਾਣਾ ਤੇ ਪਾਟੇ ਪਾ ਕੇ ਜਾਇਆ ਕਰਨੇ ਆ ਤੁਹਾਨੂੰ ਮੰਮੀ ਹੋਇਆ ਕੀ ਪੁੱਛਣਾ ਮੈਨੂੰ ਇਹ ਦੱਸੋ ਕੱਪੜਿਆਂ ਦਾ ਗੁੱਸਾ ਵਾ ਕਿ ਜਾਂ ਮੈਂ ਲੰਮੇ ਪੈ ਰਹਿੰਦੀ ਹੁਣ ਇਹ ਗੁੱਸਾ ਜਾਣ ਦਿਆ ਵਾ ਤੁਹਾਨੂੰ ਨਾ ਮੈਨੂੰ ਤੇਰੇ ਤੇ ਗੁੱਸਾ ਲੰਮੀ ਪਈ ਤੇ ਨਾ ਮੈਨੂੰ ਕੱਪੜਿਆਂ ਤੇ ਭਾਂਡੇ ਵੇ ਕਿੰਨੇ ਬੋਲੀ ਚ ਪਏ ਮਾਂਜਣ ਵਾਲੇ ਹੈ ਉਹ ਕਿੰਨੇ ਮਾਂਜਣੇ ਆ ਹਾਏ ਆਪੇ ਤੇ ਮੰਮੀ ਮੈਨੂੰ ਤੁਸੀਂ ਕਿਹਾ ਵੀ ਇਹ ਧੀਏ ਤੂੰ ਕਰਿਆ ਕਰ ਰੈਸਟ ਤੇ ਮੈਂ ਆਪੇ ਸਾਰਾ ਕੰਮ ਕਰੂੰਗੀ ਹੁਣ ਤੁਸੀਂ ਮੰਮੀ ਮੈਨੂੰ ਆਣ ਕੇ ਭਾਂਡੇ ਦਾ ਸੁਣਾਉਣ ਡੇ ਜੀ ਚੱਲ ਇੱਕ ਦੋ ਦਿਨ ਤੈਨੂੰ ਰੈਸਟ ਕਰਾ ਦਿੱਤੀ ਹੁਣ ਕਿੰਨੇ ਦਿਨ ਹੋ ਗਿਆ ਹੁਣ ਥੋੜਾ ਥੋੜਾ ਬੰਦਾ ਹਿੱਲੂਗਾ ਤੇ ਹਿੱਲਿਆ ਜਾਣਾ ਤੇ ਗੱਡਿਆ ਹੀ ਜਾਣਾ ਵਾ ਚੱਲ ਮੰਮੀ ਮੇਰੇ ਕੋਲ ਜਿੰਨਾ ਹੁੰਦਾ ਮੈਂ ਕਰਨ ਲਈ ਮੇਰੇ ਕੋਲ ਖਲੋ ਕੇ ਨੀ ਭਾਂਡੇ ਮੰਨ ਜਾਂਦੇ ਮੇਰੇ ਤੇ ਮੰਮੀ ਪੈਰ ਦੁਖਣ ਡੇ ਪੈਂਦੇ ਆ ਖਲੋਤੇ ਆ ਹੁਣ ਉੱਥੇ ਬਾਲਟੇ ਚ ਪਾਣੀ ਪਵਾ ਲਿਆ ਕਰ ਨਾ ਸਾਬੀ ਕਰੋ ਤੇ ਬਹਿ ਕੇ ਭਾਂਡੇ ਮਾਂਜ ਲਿਆ ਕਰ ਬਹਿ ਕੇ ਹੀ ਮਾਂਜੇ ਜਾਂਦੇ ਭਾਂਡੇ ਹਾਏ ਮੰਮੀ ਉਹ ਤਾਂ ਖਲੋ ਕੇ ਚੰਗੇ ਭਲੇ ਤੂੰ ਨਹੀਂ ਹੱਥ ਮਾਰਨਾ ਮੈਂ ਉੱਥੇ ਬਹਿ ਕੇ ਪੈਰਾਂ ਪਰ ਭਾਂਡੇ ਮਾਂਜਾ ਹੋ ਹਾਏ ਹਾਏ ਤੇਰੇ ਰੱਖੇ ਜਾਣਾ ਕਿੱਡਾ ਵੱਡਾ ਵਿਹੜਾ ਉਹ ਸਾਰਾ ਕਰਕੇ ਆਈ ਆ ਪਰਲੇ ਬੰਨਿਓ ਬਾਥਰੂਮ ਸਾਰੇ ਧੋ ਕੇ ਆਈ ਆ ਕਿ ਮੈਂ ਤੁਹਾਨੂੰ ਕੀ ਕਰਾਂ ਹੁਣ ਇੱਕ ਨਾ ਰੱਸਾ ਲਿਆ ਤੇ ਉਹ ਕਿੱਲ ਨੂੰ ਦੇ ਦੋ ਤੇ ਮੈਂ ਲਮਕ ਜਾ ਕਰੂੰ ਜਦੋਂ ਵਿਹਲੀ ਹੋਊਂਗੀ ਪੱਖੇ ਨਾਲ ਮੰਮੀ ਤੇ ਪੱਖੇ ਨਾਲ ਇਹੋ ਕੰਮ ਹੋਣਾ ਵਾ
ਜਾਣ ਕੇ ਮੇਰਾ ਥੋਲਣ ਕੋਈ ਨੀ, ਜਦੋਂ ਮੇਰਾ ਹੋਊਗਾ ਨਾ ਮਨ ਮੈਂ ਉੱਠ ਕੇ ਮਾਂਜ ਲੂੰਗੀ ਤੁਹਾਡੇ ਕੋਲ ਨਹੀਂ ਮੰਨਦੇ ਕੋਈ ਨੀ, ਮੈਂ ਸਾਬੀ ਨੂੰ ਕਹਿ ਦਿੰਦੀ ਉਹ ਭਾਂਡੇ ਮੰਨ ਲੈਂਦੇ ਆ। ਅੱਛਾ ਹੁਣ ਸਾਬੀ ਨੇ ਭਾਂਡੇ ਮੰਜਣੇ, ਲੋਕੀ ਵੇਖਣ ਵਾਲੇ ਕੀ ਆਖਣਗੇ ਕਿ ਨੌ ਸੱਸ ਘਰ ਵਾ ਤੇ ਮੁੰਡਾ ਭਾਂਡੇ ਮਾਂਜਣ ਡਿਆ, ਮੁੰਡੇ ਨੂੰ ਤਾਂ ਮੈਂ ਆਪ ਪਾਣੀ ਦਾ ਗਲਾ ਭੈਣਾ ਫੜਾਉਂਦੀ, ਮੁੰਡੇ ਕੋਲ ਹੁਣ ਭਾਂਡੇ ਮਜਾਉਣੇ ਹੁਣ ਹੈ ਉਮਰੇ ਤੇ ਮੰਮੀ ਹੁਣ ਪਹਿਲਾਂ ਕੰਮ ਦੱਸਾਂਗੇ ਕੋਈ। ਜਦੋਂ ਮੇਰੇ ਕੋਲ ਮਾਂਜੇ ਨਹੀਂ ਜਾਂਦੇ ਭਾਂਡੇ ਤੁਸੀਂ ਕਹਿੰਦੇ ਮੈਂ ਮੰਗਦੇ ਨਹੀਂ ਤੇ ਫਿਰ ਸਾਬੀ ਕੋਲ ਹੀ ਮਜਾਉਣੇ ਆ। ਤੂੰ ਕਿਹਦੇ ਭਜਾ ਫਿਰਦਾ ਗਰਮੀ 'ਚ ਹੈ, ਦੱਸਦਾ ਨੀ ਮਾਸੀ ਕਿੱਥੇ ਆ, ਮਾਸੀ ਕਿੱਥੇ ਮਾਸੀ ਹੈ ਹੈ ਹਾਂ ਇੱਥੇ ਖਲੋਤੇ ਜੇ ਅੰਦਰ ਸਲਾਹਾਂ ਹੋਣਦੀਆਂ, ਤੁਸੀਂ ਕੋਈ ਸਲਾਹ ਦੇ ਦਿਓ। ਕਾਹਦੀਆਂ ਸਲਾਹਾਂ ਹੁੰਦੀਆਂ? ਉਹੀ ਹੋਣਦੀਆਂ ਜਿਹੜੀਆਂ ਹੋਣ ਡਈਆਂ ਹੁੰਦੀਆਂ, ਤੁਹਾਨੂੰ ਵੀ ਪਤਾ ਹੀ ਹੈ ਸਾਰਾ, ਪਰ ਤੁਸੀਂ ਕੇਸ ਵੱਟੀ ਆ। ਉਹ ਯਾਰ ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਜਾਣਾ ਜਾਓ ਜੀ ਸਰਗੇ, ਪਰ ਮੈਂ ਨਹੀਂ ਜਾਣਾ। ਮੰਮੀ ਕਹਿੰਦੀ ਮੈਂ ਉਹਦੇ ਤੋਂ ਬਗੈਰ ਕਿੱਦਾਂ ਚੱਲ ਜਾ, ਉਹ ਵੀ ਗੁੱਸੇ ਨਾਲ ਆਖਣ ਡਿਆ ਜਾਣਾ ਚੱਲ ਜਾਓ ਜਾਣਾ ਚੱਲ ਜਾਓ। ਚੱਜ ਨਾਲ ਬਹਿ ਕੇ ਸਲਾਹ ਕਰੋਗੇ ਤੇ ਫੇਰ ਹੀ ਆ ਨਾ। ਸਲਾਹ ਫਿਰ ਇੱਕੋ ਹੀ ਆ, ਹਾਂ ਮੈਂ ਨਹੀਂ ਜਾਣਾ, ਜਿਹਨੇ ਜਾਣਾ ਵਾ ਜਾ ਸਕਦਾ ਉਹ। ਜੇ ਤੁਸੀਂ ਨਹੀਂ ਜਾਣਾ ਫਿਰ ਅਸੀਂ ਕਿੱਦਾਂ ਚੱਲ ਜਾਈਏ? ਮੈਂ ਨਹੀਂ ਨਾ ਜਾਣਾ, ਹੁਣ ਮਾਂ ਨੇ ਚੁੱਪ ਕਰਕੇ ਬੈਠੇ ਰਹੋ, ਇੱਕ ਵਾਰੀ ਸਮਝਾ ਤਾ ਨਾ ਕਿ ਨਹੀਂ ਜਾਣਾ ਤੇ ਬਸ ਗੱਲ ਖਤਮ ਹੋ ਗਈ। ਪਰ ਯਾਰ ਇੱਦਾਂ ਕਿੱਦਾਂ ਕੰਮ ਚੱਲੂਗਾ, ਜਿਸ ਤਰ੍ਹਾਂ ਹੁਣ ਉਹ ਕੱਲ ਨੂੰ ਉਹਦੇ ਘਰ ਬਾਲ ਬੱਚਾ ਹੋਣਾ, ਕਿਹਨੂੰ ਉਹ ਮਾਮਾ ਆਖਿਆ ਕਰੂ, ਕਿੱਥੇ ਉਹ ਨਾਨਕੇ ਆਇਆ ਕਰੂਗਾ, ਦੱਸੋ ਪਹਿਲਾਂ। ਇਹ ਗੱਲ ਉਹਨੂੰ ਪਹਿਲਾਂ ਸੋਚਣੀ ਚਾਹੀਦੀ ਸੀ ਨਾ, ਜਿਹੜਾ ਕੰਮ ਕੀਤਾ ਉਹ ਸੋਚ ਕੇ ਕਰਦੀ। ਅਸੀਂ ਜਦੋਂ ਕਹਿ ਤੇਰਾ ਡੋਲਾ ਉੱਥੇ ਕਰਾਉਣਾ, ਤੈਨੂੰ ਹੋਰ ਨਹੀਂ ਕਿਤੇ ਵਿਆਹੁਣਾ, ਤੇ ਫੋਨ ਕਰ ਦਿੰਦੀ ਜਾਂ ਘਰ ਆ ਕੇ ਦੱਸ ਦਿੰਦੀ ਕਿ ਵੀਰ ਆਇਆ ਵਾ ਤੇ ਮੈਂ ਜਾਣਾ ਵਾ ਉਹਦੇ ਨਾਲ, ਤੇ ਗੱਲ ਨਿਬੜ ਜਾਂਦੀ, ਅਸੀਂ ਤੋੜ ਦਿੰਦੇ। ਚਲੋ ਕੋਈ ਗੱਲ ਨਹੀਂ, ਇੱਡੀ ਵੀ ਕਾਹਦੀ ਨਾਰਾਜ਼ਗੀ ਆ, ਭਣੇਵਾਂ ਤਾਂ ਤੁਹਾਡਾ ਹੀ ਹੋਣਾ ਵਾ ਨਾ। ਮੇਰਾ ਨਹੀਂ, ਮੈਨੂੰ ਨਹੀਂ ਚਾਹੀਦਾ ਭਣੇਵਾਂ ਇਹੋ ਜਿਹਾ ਕੋਈ ਵੀ, ਤੁਹਾਨੂੰ ਜ਼ਿਆਦਾ ਦਰੇਸ ਵਾ, ਤੁਸੀਂ ਜਾਓ ਜੀ ਸਕੇ, ਪਰ ਮੇਰੇ ਲਾਗੇ ਨਾ ਨਹੀਂ ਲੈਣਾ। ਚੰਗਾ ਬਾਬਾ, ਤੁਹਾਡੇ ਕਰਨ ਲੱਗੇ ਤੇ ਗੱਲ ਕਰਨਾ ਹੀ। ਤੇ ਮੇਰੀ ਗੱਲ ਸੁਣ, ਜੇ ਮੈਂ ਘਰ ਨਾ ਹੋਵਾਂ ਤੇ ਤੂੜੀ ਵਾਲੇ ਆਉਣੇ ਆ, ਆਹ ਕਮਰੇ ਸਾਰੀ ਤੂੜੀ ਚੁਕਾ ਦਿਓ ਉਹਨਾਂ ਨੂੰ। ਜਦੋਂ ਵੇਚਣ ਦਾ ਸਮਾਂ ਸੀ ਉਦੋਂ ਵੇਚੀ ਨੀ ਕਿੰਨੇ ਜਾਣੇ ਆਉਂਦੇ ਰਹੇ, ਤੇ ਹੁਣ ਗੁੜ ਗੁੜ ਘੱਟਾ ਪੈ ਗਿਆ, ਹੁਣ ਲੋਕਾਂ ਨੇ ਆਉਣਾ ਲੈਣ ਦੱਸ। ਓਏ ਵਪਾਰੀ ਆ ਗਿਆ, ਹੋ ਗਈ ਸਾਰੀ ਗੱਲਬਾਤ ਉਹਦੇ ਨਾਲ। ਠੀਕ ਆ, ਆਹੋ ਪੈਸੇ ਉਹਨੇ ਮੈਨੂੰ ਐਡਵਾਂਸ ਦੇ ਦਿੱਤਾ, ਬਾਕੀ ਉਹਨੂੰ ਮੈਂ ਕਹਿ ਗਈ ਜਦੋਂ ਖੜੇਗਾ ਉਦੋਂ ਨਾਲ ਹੀ ਪੇਮੈਂਟ ਕਰਦੀ ਮੈਨੂੰ। ਮੈਂ ਕਿਹਾ ਤੁਹਾਡੇ ਹਿਸਾਬ ਲਾ ਲਈ ਗੱਲ ਦੀ, ਵੀ ਜਿਸ ਤਰ੍ਹਾਂ ਉਦੋਂ ਇੰਨੀਆਂ ਟਰਾਲੀਆਂ ਬਣਾ ਬਣਾ ਕੇ ਰੋਟੀਆਂ ਪਕਵਾ ਪਕਵਾ ਮਾਰ ਦਿੱਤਾ, ਅਸੀਂ ਕਿਹਾ ਵੀ ਹੈਗਾ ਮੈਂ 4-5 ਟਰਾਲੀਆਂ ਬਣਾਏ, ਇਸ ਤੋਂ ਵੱਧ ਨਾ ਬਣਾਏ। ਇੱਕ ਤੇ ਗਾਈ ਹੈ ਤੇ ਇੱਕ ਵੱਛੀ ਸੀ, ਵੱਛੀ ਵਿਚਾਰੀ ਤੇ ਹੁਣ ਉਹ ਚੱਲ ਗਈ ਰੱਬ ਦੇ ਘਰ, ਤੇ ਗਾਈ ਕਹਿੰਦੀ ਉਹਨੇ ਕਿੰਨੀ ਕੁ ਤੂੜੀ ਖਾ ਲੈਣੀ ਹੁੰਦੀ ਹੈ। ਮੈਂ ਹੁਣ ਰੀਪਰ ਵਾਲੇ ਨੂੰ ਕਿਹਾ ਸੀ, ਤੂੰ ਕਹਿੰਦਾ ਵੀਰ ਆਏ ਕੰਮ ਤੇ ਕੋਈ ਹੈ ਨਹੀਂਗਾ, ਰੋਟੀ ਪਾਣੀ ਖਵਾ ਦੇ, ਤੇਲ ਦੇ ਪੈਸੇ ਦੇ, ਬਣਵਾ ਲਾ ਜਿੰਨੀਆਂ ਬਣਾਉਣੀਆਂ, ਉਹ ਧੱਕੇ ਨਾਲ 10 ਟਰਾਲੀਆਂ ਬਣਾ ਗਿਆ। ਠੀਕ ਆ, ਆਹੋ ਪੁੱਤ ਜਦੋਂ ਸਾਡੇ ਵੇਲੇ ਪੈਰੇ ਸਾਡੀ ਸੱਸ ਕਿੰਨਾ ਕੰਮ ਕਰ ਡਾਉਂਦੀ ਹੁੰਦੀ, ਸਾਨੂੰ ਤਾਂ ਕਹਿਣਾ ਨਾਲ ਗੋਹਾ ਕੂੜਾ ਵੀ ਕਰੋ, ਇਹ ਤੈਨੂੰ ਤਾਂ ਭਾਂਡੇ ਹੀ ਮਾਂਜਣੇ ਪੈਣ ਡੇ, ਤੇ ਮਾੜਾ ਮੋਟਾ ਕੰਮ ਸਾਡਾ ਕਿਹੜਾ ਟੱਬਰ ਵੱਡਾ ਵਾ। ਮੰਮੀ ਮੇਰੇ ਕੋਲ ਤਾਂ ਨਹੀਂ ਉਹ ਹੋਣਾ, ਤਾਂ ਕੋਈ ਗੱਲ ਨੀ ਮੈਂ ਮਾਂਜ ਲੂੰਗੀ ਉੱਠ ਕੇ ਜਦੋਂ ਮੇਰਾ ਜੀ ਕਰੂਗਾ। ਜੀ ਨੀ ਕਰੂਗਾ, ਇੱਕ ਤੇ ਤੇਰੇ ਪੇਕਿਆਂ ਵਾਲਿਆਂ ਨੇ ਤੇਰੀ ਸਾਰ ਲਈ, ਉਹਨਾਂ ਨੇ ਪੁੱਛਿਆ ਕਿ ਤੈਨੂੰ ਕੀ ਹੋਇਆ ਕੀ ਨਹੀਂ ਹੋਇਆ, ਤੇ ਇੱਕ ਤੂੰ ਮੇਰੇ ਨਾਲ ਵੀ ਵਿਗਾੜ ਡਈ ਆ ਇਦਾਂ ਦੀਆਂ ਗੱਲਾਂ ਕਰ ਕਰਕੇ। ਮੰਮੀ ਹੁਣ ਤੇ ਮੈਨੂੰ ਮੇਰੇ ਪੇਕਿਆਂ ਵਾਲਿਆਂ ਦਾ ਮੇਰਾ ਮਾਰਨਾ ਵਾ? ਮੇਰਾ ਨੀ ਮੈਂ ਮਾਰ ਡਈ, ਓਦਾਂ ਮੈਂ ਤੇਰੇ ਨਾਲ ਸਸਰੀ ਗੱਲ ਕੀਤੀ ਆ। ਮੰਮੀ ਮੇਰੇ ਜਿਹੜੇ ਸਸਰੀ ਗੱਲ ਚ ਕੋਈ ਕਸਰ ਤਾਂ ਨਹੀਂ ਰਹਿ ਗਈ ਤੁਹਾਡੀ? ਤੂੰ ਤੇ ਲੜਨ ਵਾਲੀਆਂ ਗੱਲਾਂ ਕਰਦੀ, ਮੈਂ ਤਾਂ ਤੈਨੂੰ ਵਿਹਾਰੀਆਂ ਗੱਲਾਂ ਕਰਨ ਡਈ ਆ, ਨਾ ਕਰਿਆ ਕਰ ਏਦਾਂ। ਮੈਂ ਤੈਨੂੰ ਆਨੀ ਕਿ ਤੁਰ ਫੇਰ ਤੇ ਨਾਲੇ ਹੋ ਸਿਹਤ ਤੇਰੀ ਹੋਊਗੀ, ਤੇ ਨਾਲੇ ਆਉਣ ਵਾਲਾ ਜਿਹੜਾ ਬੱਚਾ ਉਹ ਤੰਦਰੁਸਤ ਹੋਊਗਾ, ਫਿਰ ਏਦਾਂ ਦਾ ਤੂੰ
ਪਈ ਰਹੋ ਲੰਮੀ ਤਾਂ ਮੁੜ ਕੇ ਉਹੀ ਕੱਲ ਨੂੰ ਦਵਾਈਆਂ ਰਾਹੀਂ ਡਾਕਟਰਾਂ ਕੋਲ ਤੁਰੀ ਰਵੀ। ਵਾਕੇ ਮੈਨੂੰ ਸਾਰੇ ਕਹਿੰਦੇ ਕਿ ਤੇਰੀ ਸੱਸ ਚਲਾਕ ਵਾ, ਵੇਖਿਆ ਰੰਗ ਵਿਖਾਉਣ ਡੈ ਪਈ ਆਪਣਾ, ਕੰਮ ਨਹੀਂ ਮੈਂ ਉੱਠ ਕੇ ਕਰਨ ਡਈ ਤੇ ਮੈਨੂੰ ਛੱਤੀ ਛੱਤੀ ਗੱਲਾਂ ਕਰਕੀ ਹੈ, ਓਦਾਂ ਇਹ ਕਹਿ ਦਿੰਦੇ ਨਹੀਂ ਆਉਂਦੇ ਪੇਕੇ ਤੇ ਮੈਂ ਜੇ ਹੈਗੀ ਤੇਰੀ ਮਾਂ ਤੇ ਅੱਜ ਮੈਨੂੰ ਮੇਰਾ ਝੱਟ ਸੁਣਾਤਾ ਵੀ ਤੇਰਾ ਪਿੱਛੇ ਨਹੀਂ ਆਉਂਦੀ ਤੇ ਹਜੇ ਕਹਿੰਦੀ ਪੇਕਿਆਂ ਨੂੰ ਵੀ ਕਰਨਾ ਆਪਣਾ ਹਿੱਸਾ ਲਿਆ ਉੱਥੋਂ ਨਹੀਂ ਮਿਲਦੇ ਤੇ ਨਾ ਸਹੀ, ਹਜੇ ਤੇ ਆਸ ਆ ਵੀ ਆ ਜਾਣਗੇ ਜਦੋਂ ਮੈਂ ਹਿੱਸਾ ਲੈਂਗਾ ਤੇ ਫਿਰ ਤੁਹਾਨੂੰ ਨੀ ਆਸ ਲੈਣੀ, ਫਿਰ ਤੇ ਮੈਂ ਰੋਜ਼ ਇੱਥੇ ਮਿਹਣੇ ਖਾਇਆ ਕਰੂੰਗੀ ਇਹਨਾਂ ਦੇ। ਮੰਮੀ ਸ਼ੇਰੇ ਨੇ ਪੈਸੇ ਪਾਉਣੇ ਆ ਤੇ ਮੇਰਾ ਰਾਦਾ ਥੋੜਾ ਜਿਹਾ ਸੋਨਾ ਬਣਾ ਕੇ ਰੱਖ ਲਈਏ। ਪੁੱਤ ਸੋਨੇ 'ਚ ਕੀ ਬਣਾਉਣਾ? ਮੰਮੀ ਮੇਰਾ ਤਾਂ ਸੈੱਟ ਬਣਾ ਲਾ ਇੱਕ। ਤੇ ਸੈੱਟ ਤੇ ਪੁੱਤ ਇੱਕ ਦੋ ਵਾਰ ਮੰਮੀ ਉਹ ਹਲਕੇ ਹਲਕੇ ਆ, ਮੇਰਾ ਰਾਦਾ ਵੀ ਚੰਗਾ ਥੋੜਾ ਜਿਹਾ ਭਾਰਾ ਸੈੱਟ ਬਣਾ ਲਾ। ਕਿਲੋ ਦਾ ਬਣਾਉਣਾ ਵਾ? ਨਹੀਂ ਨਹੀਂ ਕਿਲੋ ਦਾ ਕੀ ਬਣਾਉਣਾ ਵਾ, ਉਹੀ ਬਣਾ ਲਈਏ 5-6 ਤੋਲਿਆਂ ਦਾ। ਚੱਲ ਕੋਈ ਗੱਲ ਨਹੀਂ ਬਣਾ ਲਾ, ਤੇ ਪਰ ਸੋਨਾ ਹੈ ਵੀ ਬੜਾ ਮਹਿੰਗਾ ਵਾ। ਕੋਈ ਗੱਲ ਨਹੀਂ ਮੰਮੀ, ਉਹਨਾਂ ਨੇ ਪੈਸੇ ਪਾਉਣੇ ਆ ਤੇ ਮੇਰਾ ਰਾਦਾ ਇੱਕ ਸੈੱਟ ਬਣਾ ਲਾ ਤੇ ਇੱਕ ਚੂੜੀਆਂ ਬਣਾ ਲਾ 4 ਤੋਲੇ ਤੋਲੇ ਦੀਆਂ। ਤੇ ਕਿੰਨੇ ਕੁ ਪੈਸੇ ਕੋਲ? ਮੇਰੇ ਕੋਲ ਕੀ ਆ ਪੈਸੇ, ਜਾਂ ਤੁਹਾਡੇ ਕੋਲ ਜਾਂ ਭਾਜੀ ਕੋਲ ਜਾਂ ਸੇਰੇ ਨੇ ਪਾਉਣੇ ਆ। ਚਲੋ ਕਿੰਨੇ ਕਹਿੰਦਾ ਪਾਊਗਾ? ਕਹਿ ਲਈ ਤੂੰ 7-8 ਪਾ ਦੂੰਗਾ। ਚੱਲ ਤੇ 7-8 ਲੱਖ ਪਾਈਂਦਾ ਤੇ ਬਣ ਜਾਂਦਾ, ਕੋਈ ਨਹੀਂ ਬਣਾ ਲਾ, ਸੋਨਾ ਕਿਹੜਾ ਮਾੜਾ ਵਾ, ਹਨਾ, ਕੋਈ ਨਹੀਂ ਬਣਾ ਲਓ। ਆ ਉਹ ਇਹ ਮੈਂ ਸੋਚਣ ਦੀ, ਮੈਂ ਬਣਾ ਲੈਂਦੇ ਆ। ਮੈਂ ਪਿੱਛੇ ਜੇ ਆਪਣੇ ਪਿੰਡ ਗਈ ਨਾ ਉੱਥੇ ਮੇਰੀ ਭੂਆ ਦੀ ਕੁੜੀ ਆਈ ਸੀ, ਉਹਨੇ ਸੈੱਟ ਬਣਵਾਇਆ, ਮੈਨੂੰ ਉਹਦਾ ਬੜਾ ਹੀ ਸੋਹਣਾ ਸੈੱਟ ਲੱਗਾ ਤੇ ਮੈਂ ਇਰਾਦਾ ਉਹਦੇ ਨਾਲ ਵਰਗਾ ਸੇਮ ਸੈੱਟ ਬਣਵਾ ਕੇ ਲਿਆਉਣੀ ਆ ਤੇ ਮੇਰੇ ਕੋਲ ਫੋਟੋ ਵੀ ਆ ਉਹਦੀ। ਖਿੱਚੀ? ਹਾਂਜੀ ਬਣਾ। ਚਲੋ ਮੈਂ ਕੰਮ, ਚੱਲ ਕੋਈ ਨਹੀਂ ਬਣਾ ਲਾ, ਜੇ ਬਣਾ ਦੇ ਪੁੱਤ ਸੋਹਣਾ ਕਿਹੜਾ ਮਾੜੀ ਚੀਜ਼ ਆ। ਆ ਵੇਖੋ ਸੋਹਣਾ ਸਾਨੂੰ ਬਹੁਤ ਖੁਸ਼ੀ ਵਾਲੀ ਗੱਲ ਆ, ਸੋਨਾ ਬਣਾਉਣਾ ਤੇ ਹੋਰ ਕਿਹੜੀ ਗੱਲ ਆ, ਪਾਓ ਕੱਲ ਗਏ ਸੀ ਡਾਕਟਰ ਵੱਲ, ਠੀਕ ਠਾਕ ਆ? ਕੌਣ ਨੀ ਠੀਕ ਘਰ? ਆਹਾ ਪਰਵਿੰਦਰ ਸਾਰੇ ਠੀਕ ਠਾਕ ਵਾ, ਆ ਤੂੰ ਓਦਾਂ ਹੀ ਗਏ ਸੀ? ਮੈਂ ਵੇਖਿਆ ਸੀ, ਮੈਂ ਤਦ ਕਰਕੇ ਮੈਂ ਚੱਲ ਭੈਣ ਜੀ ਨੂੰ ਪੁੱਛ ਕੇ ਆਉਂਦੀ ਵੀ ਕੌਣ ਨੀ ਠੀਕ। ਨਹੀਂ ਠੀਕ ਠਾਕ ਸੀ, ਤੇ ਉਹ ਨਾ ਸੁੱਖ ਨੂੰ ਥੋੜੇ ਦਿਨ ਚੜੇ ਸੀ ਤੇ ਵਧਾਈ ਬਣੀ ਹੁਣ। ਚਲੋ ਭੈਣ ਜੀ, ਵਧਾਈ ਹੋਵੇ ਨਾ ਤੁਹਾਨੂੰ ਸਗੋਂ ਵੱਧ ਕੇ। ਹੋਰ ਕਿੱਦਾਂ ਠੀਕ ਠਾਕ ਸਭ ਨਾ? ਹਾਂਜੀ ਵਧੀਆ, ਤੁਸੀਂ ਦੱਸੋ ਆਪਣਾ? ਹਾਂ ਵਧੀਆ ਵਧੀਆ ਠੀਕ ਠਾਕ ਵਾ। ਹੋਰ ਕੀ ਕਰਨ ਡੇ? ਸੁੱਖ ਸੁੱਖ ਲੰਮੀ ਪਈ ਅੰਦਰ ਤੇ ਮੈਂ ਰੈਸਟ ਕਰੀ ਕਰ ਲਾ ਤੇ ਮੈਂ ਸਬਜ਼ੀ ਲੈ ਆਉਣੀ ਤੋੜ ਕੇ। ਚਲੋ ਤੁਸੀਂ ਤੋੜ ਦੋ ਸਬਜ਼ੀ, ਮੈਂ ਸੁੱਖ ਨੂੰ ਰਾਜੀ ਬਾਜੀ ਪੁੱਛ ਲਾ। ਕੋਈ ਗੱਲ ਨੀ, ਜਾਂਦੇ ਆ ਇਕੱਠੇ ਜਾਂਦੇ, ਮੈਂ ਥੋੜੇ ਤੋੜਨਾ ਬਤਾਉ। ਨਹੀਂ ਕੋਈ ਨੀ ਭੈਣ ਜੀ, ਤੁਸੀਂ ਫੇਰ ਆਖਣਾ ਮੈਨੂੰ ਕੰਮੋਂ ਹਟਾ ਲਿਆ ਵਾ, ਤੁਸੀਂ ਕਰੋ ਕੰਮ, ਮੈਂ ਆਈ ਰਾਜੀ ਬਾਜੀ ਪੁੱਛ ਕੇ। ਰਾਜੀ ਬਾਜੀ ਪੁੱਛਣ ਆਈ ਓ, ਇਹਦੇ ਤੇ ਬਿੱਲੀ ਵਾਂਗੂ 24 ਘੰਟੇ ਗਲੀ ਚ ਕੰਨ ਹੀ ਰਹਿੰਦੇ ਆ, ਵਹਿੰਦੀ ਰਹਿੰਦੀ, ਕਿਹੜਾ ਲੰਘਦਾ ਕਿਹੜਾ ਨਹੀਂ ਲੰਘਦਾ ਇਹ ਦੱਸ। ਸਾਨੂੰ ਵੇਖਣ ਡੇ ਉੱਥੇ, ਇਹਨੇ ਕੈਮਰੇ ਲਾਏ
ਧਿਆਨ ਹੀ ਸਾਰੀ ਦਿਹਾੜੀ ਬਾਹਰ ਕੰਮ ਕਰਨ ਵੱਲ ਨਹੀਂ ਦਾ ਧਿਆਨ ਹੈਗਾ, ਕੰਮ ਹੀ ਕਰਨਾ ਉੱਠ ਕੇ, ਤੇ ਉਹ ਨਿਆਣਿਆਂ ਦੇ ਸਿਰ 'ਤੇ ਇਹਨੇ ਕੰਮ ਸੁੱਟਿਆ ਹੀ, ਅਤੇ ਹੁਣ ਸੂਹ ਲੈਣ ਆ ਗਈ, ਹੁਣ ਸੁੱਖ ਨੂੰ ਮਿਲਣ ਚੱਲੀ ਮੈਂ, ਦਵਾ ਦਾ ਮਿਲਿਆ ਸੁੱਖ ਨੂੰ। ਘੜੀ ਚ ਤੋਲਾ ਤੇ ਘੜੀ ਚ ਮਾਸਾ ਹੋ ਜਾਂਦੀ ਹੈ, ਮੈਨੂੰ ਪਹਿਲਾਂ ਕਹਿੰਦੀ ਆ ਵੀ ਰੈਸਟ ਕਰ, ਜੇ ਮੈਂ ਰੈਸਟ ਕਰਦੀ ਆ ਫਿਰ ਮੈਨੂੰ ਆਣ ਕੇ ਸੁਣਾ ਜਾਂਦੀ ਆ ਵੀ ਉੱਠ ਕੇ ਕੰਮ ਕਿਉਂ ਨੀ ਕਰਦੀ, ਕੰਮ ਕਰਨਾ। ਉਹ ਇਹਨਾਂ ਗੱਲਾਂ ਤੋਂ ਤੇ ਮੈਂ ਅੱਡ ਹੋਈ ਨੀ, ਮੈਂ ਕਿਹੜੀ ਗੱਲੋਂ ਅੱਡ ਹੋਈ ਆ, ਜਦੋਂ ਕੰਮ ਦਾ ਵੇਲਾ ਹੋਣਾ ਉਦੋਂ ਮੰਜਾ ਮਲ ਲੈਣਾ, ਤੇ ਜਦੋਂ ਖਾਣ ਪੀਣ ਦਾ ਵੇਲਾ ਹੋਣਾ ਉੱਠ ਕੇ ਉਦੋਂ ਰਸੋਈ ਚ ਵੜ ਜਾਣਾ ਇਹਨੇ। ਅੱਛਾ, ਤੇ ਜੇ ਇਹਨੂੰ ਕਿਤੇ ਵਾਂਢੇ ਖਿਲਣਾ ਹੋਵੇ ਨਾ ਫਿਰ ਇਹਨੇ 5 ਮਿੰਟਾਂ 'ਚ ਤਿਆਰ ਰਹਿਣਾ, ਤੇ ਭਾਵੇਂ 15 ਮੀਲੇ ਨੂੰ ਤਿਆਰ ਕੇ ਤੋਰ ਕੇ ਲੈ ਜਾਣ। ਜਿੰਨੀ ਵੀ ਰੈਸਟ ਹੁੰਦੀ ਹੈ ਨਾ ਉਨੀ ਕਰ, ਇਹਨੂੰ ਕੀ ਗੋਲੀ ਵੱਜੀ ਆਪੇ ਕਰਦੀ ਹੈ। ਚਾਚੀ ਹਿੱਲਿਆ ਤੇ ਮੇਰੇ ਪੋਤਰ ਨੀ ਜਾਂਦਾ, ਕਰਦੀ ਤੇ ਮੈਂ ਰੈਸਟ ਹੀ ਆ ਉਦਾਂ ਹਜੇ, ਪਰ ਮੰਮੀ ਆਣ ਕੇ ਸੁਣਾ ਲੈਂਦੀ ਮੈਨੂੰ, ਫਿਰ ਮੈਂ ਕੀ ਕਰਾਂ ਦੱਸੋ। ਸੁਣਾਉਂਦੀ ਰਹਿੰਦੀ, ਇਹਦਾ ਹਾਲ ਹੀ ਹੋਊਗਾ, ਇਹਦੀ ਟੈਨਸ਼ਨ ਨਾ ਲਿਆ ਕਰ। ਦੂਜਾ ਸਵੇਰੇ ਉੱਠ ਕੇ ਨਾ ਚਾਹ ਨਾ ਪੀਣ ਡਿਆ ਪਿਆ ਕਰ ਗਲਾਸਾਂ ਭਰ ਕੇ। ਕਿਉਂ? ਕਿਉਂਕਿ ਆਪਣੀ ਸੱਸ ਸਾਲ ਤੇ ਆਪਣੇ ਘਰ ਵਾਲੇ ਆ ਲਵੇ, ਇਹ ਅੰਤਰੀ ਚਾਹ ਛੱਡਦੀ ਨੀ ਹੁੰਦੀ, ਤੇ ਉਹਦਾ ਰੰਗ ਵੇਖ ਕਿੱਦਾਂ ਹੋਇਆ ਚਾਹ ਪੀ ਪੀ ਕੇ। ਠੀਕ ਆ ਚਾਚੀ, ਕੋਈ ਨੀ, ਮੈਂ ਦੂਸਰੇ ਦੁੱਧ ਪੀਆ ਕਰ, ਨਾਲੇ ਇੱਕ ਸੇਬ ਖਾਇਆ ਕਰ, ਤੇ ਨਾਲੇ ਬੈਠੀ ਰੱਬ ਦਾ ਨਾਂ ਲਿਆ ਕਰ। ਠੀਕ ਆ ਚਾਚੀ, ਕੋਈ ਨੀ, ਓਦਾਂ ਵੀ ਮੈਂ ਵਿਹਲੀ ਇੱਥੇ ਲੰਮੇ ਪਈ ਆ, ਬੰਦਾ ਬਹਿ ਕੇ ਇੱਥੇ ਮੈਂ ਬਾਤ ਕਰ ਲਿਆ ਕਰੂੰ, ਘੜੀ ਰੱਬ ਰੱਬ ਕਰ ਲਿਆ ਕਰੂੰ, ਉੱਥੇ ਕੀ ਹੈ। ਆਹ ਤੇ ਕੁੱਝ ਕੰਮ ਨਾ ਕਰੀ, ਇੰਨਾ ਮੇਰੀ ਪੱਕੀ ਕਰੀ ਚੰਗਾ ਕੰਮ ਵੱਲੋਂ ਨਾ, ਕਿ ਵੀ ਉੱਠ ਕੇ ਤੂੰ ਕੰਮ ਕਰਨ ਲੱਗ ਪਏ, ਝਾੜੂ ਲਾਉਣ ਲੱਗ ਪਏ, ਪੋਚੇ ਲਾਉਣ ਲੱਗ ਪਏ, ਆਪਣੀ ਸਿਹਤ ਦਾ ਖਿਆਲ ਆਪ ਰੱਖਣਾ ਪੈਂਦਾ, ਸੱਸਾਂ ਨਹੀਂ ਰੱਖਦੀਆਂ। ਠੀਕ ਆ ਚਾਚੀ ਜੀ, ਕੋਈ ਨੀ, ਮੈਂ ਆਪ ਹੀ ਰੱਖੂੰਗੀ, ਪਰ ਤੁਹਾਨੂੰ ਕਿਹਨੇ ਦੱਸਿਆ, ਮੰਮੀ ਨੇ ਦੱਸਿਆ ਇਹ? ਦੱਸਣਾ ਕਿਹਨੇ ਆ, ਮੰਮੀ ਤੇ ਸਾਰੀ ਉਮਰ ਪੜਦੇ ਰੱਖਦੀ ਰਹਿ ਗਈ, ਮੰਮੀ ਨੇ ਦੱਸਿਆ ਮੈਨੂੰ, ਮੈਂ ਤਾਂ ਤੈਨੂੰ ਡਾਕਟਰ ਤੇ ਗਈ ਵੇਖਿਆ ਸੀ, ਤੇ ਮੈਂ ਪੁੱਛਣ ਆਈ ਤੇਰੀ ਮਾਂ ਨੂੰ ਵੀ ਪੁੱਛਦੀ ਆ ਭਲਾ ਵੀ ਕੌਣ ਨੀ ਠੀਕ, ਕੋਈ ਵੀ ਨੀ ਠੀਕ ਇਹ, ਠੀਕ ਸਾਰੇ ਠੀਕ ਠਾਕ ਆ, ਤੈਨੂੰ ਕਿੱਥੋਂ ਪਤਾ ਲੱਗਾ। ਮੈਂ ਕਿਹਾ ਭੈਣ ਜੀ ਵੀ ਆਏ ਆ, ਚੱਲ ਤੁਸੀਂ ਡਾਕਟਰ ਤੇ ਆਏ ਜੀ, ਮੈਂ ਚੱਲ ਜਾਂਦੀ ਜਾਂਦੀ ਮੈਂ ਲੰਘਦੀ ਲੰਘਦੀ ਪੁੱਛ ਜਾਂਦੀ ਹਾਂ, ਤੇ ਕਹਿੰਦੀ ਨਹੀਂ ਇਹ ਸਾਡੇ ਵੱਲ ਵਧਾਈ ਬਣੀ ਆ। ਮੈਂ ਕਿਹਾ ਭੈਣ ਜੀ ਇਹਦੇ ਕਾਹਦੇ ਪੜਦੇ, ਇਹਦੇ ਮਾੜਾ ਹੀ ਦਾਣ ਆ, ਸਾਰਿਆਂ ਨੂੰ ਦੇਣੀ ਚਾਹੀਦੀ ਆ, ਧੀਆਂ ਪੁੱਤਰਾਂ ਨਾ ਸਾਰੇ ਵੱਡੇ ਹੁੰਦੇ ਆ, ਤੇ ਇਸ ਚੀਜ਼ ਦਾ ਲਕਾ ਨੀ ਹੁੰਦਾ ਹੁੰਦਾ। ਚਲੋ ਕੋਈ ਨੀ ਚਾਚੀ ਜੀ, ਚਲੋ ਵਧੀਆ ਕੀਤਾ ਤੁਸੀਂ ਮੈਨੂੰ ਸਮਝਾ ਦਿੱਤਾ, ਮੰਮੀ ਨੂੰ ਤਾਂ ਗੁੱਸਾ ਹੀ ਚੜ ਗਿਆ, ਹੁਣ ਪਹਿਲਾਂ ਤੇ ਮੰਮੀ ਬੜੇ ਖੁਸ਼ ਹੋਏ ਸੀ। ਚੱਲ ਗੁੱਸਾ ਚੜ ਗਿਆ ਇਹਦਾ ਹਾਲ ਹੀ ਇਹੋ, ਬਹਿ ਜਾ ਚਾਚੀ ਜੀ। ਨਹੀਂ ਚਾਚੀ ਦਾ ਸੁਭਾਅ ਕਿੰਨਾ ਚੰਗਾ ਈ ਓ, ਤੇ ਮੰਮੀ ਦਾ ਉਲਟੀ ਆ ਸੁਭਾਅ। ਮੰਮੀ ਕੀ ਲੱਭਣ ਡੇ ਜੀ ਸੁੱਕਿਆਂ ਡਾਹਣਿਆਂ ਨਾਲੋਂ? ਮਾੜਾ ਮੋਟਾ ਓਦਾਂ ਬਾਹਰ ਵੀ ਨਿਕਲਦਾ, ਫੇਰ ਵੀ ਦੱਸ ਕੇ ਜਾਇਆ ਕਰਾਂ, ਤੇ ਉਹਨੂੰ ਅੰਦਰ ਲਾ ਲਿਆ ਕਰ, ਮੈਂ ਤਾਂ 9-7 ਅੰਦਰ ਰਹਿੰਦੀਆਂ ਵਾ, ਹੈ ਕੋਈ ਚੁੱਕ ਕੇ ਲੈ ਜੂਗਾ? ਉਹ ਨਹੀਂ ਕੋਈ ਵੀ ਖੜਦਾ, ਇੱਧਰ ਨੂੰ ਕੌਣ ਆਉਂਦਾ ਈ ਓ, ਖੁਸ਼ਖਬਰੀ ਰੱਬ ਨੇ ਦਿੱਤੀ ਆ।
ਪੁਆਣੀ ਸਾਰੇ ਪਿੰਡ ਚੋਂ ਰੌਲੀ ਰੌਲੀ ਕੀ ਅੰਦਰ ਬੈਠੀ ਆ ਹੁਣੇ ਅੰਦਰ ਬੈਠੀ ਉਹਨੂੰ ਤੇ ਅਗਲੀ ਦੇ ਕਿਤਾ ਵੇਂਦੀ ਰਹਿੰਦੀ ਚਾਰ ਚਫੇਰੇ ਉਹਨੂੰ ਕਿੱਦਾਂ ਪਤਾ ਲੱਗ ਗਿਆ ਵਾ ਆਪੇ ਕਹਿੰਦੀ ਮੈਂ ਦੱਸਿਆ ਆਪੇ ਕਹਿੰਦੀ ਕਿੱਦਾਂ ਪਤਾ ਲੱਗ ਗਿਆ ਮਾਤਾ ਕੋਈ ਹਿਸਾਬ ਤਾਬ ਨਾਲ ਗੱਲ ਕਰ ਲਿਆ ਕਰ ਉਹਨੇ ਸਾਰੇ ਪਿੰਡ ਚ ਰੌਲੀ